ਜ਼ਿਲ੍ਹਾ ਗੁਰਦਾਸਪੁਰ ਵਿਖੇ ਸਿਹਤ ਵਿਭਾਗ ਦੀ ਗਲਤੀ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਗਲਤੀ ਕਰੋਨਾ ਪੋਜ਼ਿਟਿਵ ਮਰੀਜ਼ਾਂ ਦੀ ਰਿਪੋਰਟ ਨੂੰ ਲੈ ਕੇ ਹੋਈ ਸੀ, ਪਰ ਹੁਣ ਸਿਹਤ ਵਿਭਾਗ ਨੇ ਆਪਣੀ ਗਲਤੀ ਸੁਧਾਰ ਲਈ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹੇ ਵਿੱਚ 134 ਪੋਜ਼ਿਟਿਵ ਕੇਸ ਨਹੀਂ ਹਨ, ਬਲਕਿ 122 ਪੋਜ਼ਿਟਿਵ ਕੇਸ ਹਨ। ਬਾਕੀ ਦੇ 12 ਪੋਜ਼ਿਟਿਵ ਮਰੀਜ਼ ਰਹਿਣ ਵਾਲੇ ਤਾਂ ਗੁਰਦਾਸਪੁਰ ਦੇ ਹਨ, ਪਰ ਉਹਨਾਂ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਹੋਰ ਜਗ੍ਹਾ 'ਤੇ ਪਾਈ ਗਈ ਹੈ। ਉੱਥੇ ਹੀ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਉਹ ਅਜੇ ਤੱਕ ਗੁਰਦਾਸਪੁਰ ਜ਼ਿਲ੍ਹੇ ਵਿੱਚ ਵਾਪਸ ਨਹੀਂ ਆਏ ਹਨ। ਅਤੇ ਜੋ 122 ਪੋਜ਼ਿਟਿਵ ਮਰੀਜ਼ ਹਨ, ਉਹਨਾਂ ਵਿੱਚੋਂ 120 ਸ਼ਰਧਾਲੂ ਹਨ ਜੋ ਨੰਦੇੜ ਸਾਹਿਬ ਤੋਂ ਵਾਪਸ ਆਏ ਹਨ, ਅਤੇ ਜ਼ਿਲ੍ਹੇ ਵਿੱਚੋਂ 2 ਮਰੀਜ਼ ਹੀ ਪੋਜ਼ਿਟਿਵ ਆਏ ਹਨ। ਅਤੇ ਗੁਰਦਾਸਪੁਰ ਜ਼ਿਲ੍ਹੇ ਨੂੰ ਅਜੇ ਤੱਕ ਔਰੇਂਜ ਜ਼ੋਨ ਵਿੱਚ ਹੀ ਰੱਖਿਆ ਗਿਆ ਹੈ। ਇਸੇ ਨਾਲ ਹੀ ਉਹਨਾਂ ਨੇ ਕਿਹਾ ਕਿ ਜ਼ਿਲ੍ਹੇ ਦੇ ਲੋਕ ਆਪਣਾ ਬਚਾਅ ਰੱਖਣ ਅਤੇ ਨਾਲ ਹੀ ਕਰਫਿਊ ਦੌਰਾਨ ਦਿੱਤੀ ਢਿੱਲ ਦੀ ਅਗਰ ਕੋਈ ਦੁਕਾਨਦਾਰ ਅਣਦੇਖੀ ਕਰਦਾ ਹੈ ਤਾਂ ਉਸਦੇ ਖਿਲਾਫ਼ ਕਾਰਵਾਈ ਹੋਵੇਗੀ। ਅੱਜ ਅਸੀਂ ਮੀਟਿੰਗ ਕੀਤੀ ਹੈ ਜੀ, ਕਿਉਂਕਿ ਕਈ ਦਿਨ ਤੋਂ ਗੁਰਦਾਸਪੁਰ ਦੇ ਵਿੱਚ ਬੜੀ ਜ਼ਿਆਦਾ ਹਲਚਲ ਮਚ ਰਹੀ ਸੀਗੀ ਕਿ ਗੁਰਦਾਸਪੁਰ 'ਚ ਬਹੁਤ ਜ਼ਿਆਦਾ ਪੋਜ਼ਿਟਿਵ ਕੇਸ ਆ ਗਏ ਨੇ, ਅਤੇ ਅੱਜ ਅਸੀਂ ਸਾਰਾ ਬੈਠ ਕੇ CMSR ਦੀ ਟੀਮ ਦੇ ਨਾਲ, ਸਾਡੀ ਆਪਣੀ ਟੀਮ ਦੇ ਨਾਲ, SDM ਦੇ ਨਾਲ ਬੈਠ ਕੇ ਮੀਟਿੰਗ ਕੀਤੀ ਹੈ। ਉਹਦੇ ਅਨੁਸਾਰ ਜੋ ਅੰਕੜੇ ਨੇ ਮੈਂ ਦੱਸ ਰਿਹਾ ਕਿ ਟੋਟਲ ਗੁਰਦਾਸਪੁਰ ਦੇ ਵਿੱਚ 135 ਮਰੀਜ਼ ਦਿਖਾਏ ਜਾ ਰਹੇ ਨੇ। ਇਹਨਾਂ ਵਿੱਚੋਂ ਇੱਕ ਮਰੀਜ਼ ਤਾਂ ਤੁਹਾਨੂੰ ਪਤਾ ਹੈ ਸ਼੍ਰੀ ਸੰਸਾਰ ਸਿੰਘ ਜੀ ਨਾਲ ਪਹਿਲਾਂ ਸਵਰਗਵਾਸ ਹੋ ਗਿਆ ਸੀਗਾ, ਬਹੁਤ ਪਹਿਲਾਂ ਆਏ ਸੀਗੇ। ਇਸ ਤੋਂ ਬਾਅਦ 134 ਵੱਜਦੇ ਸੀਗੇ, 134 'ਚੋਂ 12 ਬੰਦੇ ਤਾਂ ਐਸੇ ਹੈ ਜਿਹੜੇ ਕਿ ਗੁਰਦਾਸਪੁਰ ਆਏ ਹੀ ਨਹੀਂ। ਉਹਦੇ 'ਚ ਕੁਛ ਲੋਕ ਤਾਂ ਐਸੇ ਨੇ ਜਿਹੜੇ ਕਿ ਸ਼ਰਧਾਲੂ ਨੇ, ਹੋਰਾਂ ਜ਼ਿਲ੍ਹਿਆਂ 'ਚ ਪਹੁੰਚੇ ਉੱਥੇ ਹੀ ਕੁਆਰੰਟਾਈਨ ਹੋ ਗਏ, ਜਾਂ ਰੋਡਵੇਜ਼ ਦੇ ਬੱਸ ਦੇ ਡਰਾਈਵਰ ਨੇ ਜਿਹੜੇ ਕਿ ਵਸਨੀਕ ਇੱਥੇ ਦੇ ਨੇ, ਪਰੰਤੂ ਉਹ ਇੱਥੇ ਆਏ ਹੀ ਨਹੀਂ ਅਤੇ ਉਹ ਹੋਰਾਂ ਜ਼ਿਲ੍ਹਿਆਂ 'ਚ ਕੁਆਰੰਟਾਈਨ ਹੋ ਗਏ। ਅਤੇ ਇੱਕ ਸਾਡੇ ਪੇਸ਼ੈਂਟ ਸੀਗੇ ਜਿਹੜੇ ਕਿ ਉੱਥੇ ਜਾ ਕੇ ਪੋਜ਼ਿਟਿਵ ਹੋਏ ਮੋਹਾਲੀ ਦੇ ਵਿੱਚ। ਅਸੀਂ ਫਿਰ ਵੀ ਇਤਿਹਾਸ ਦੇ ਤੌਰ 'ਤੇ ਇਹਨਾਂ 12 ਲੋਕਾਂ ਦੇ ਜਿਹੜੇ ਲੋਕਲ ਕੰਟੈਕਟ ਸੀਗੇ ਉਹਨਾਂ ਸਾਰਿਆਂ ਨੇ ਸੈਂਪਲ ਕਰਾ ਲਏ ਨੇ, ਉਹ ਸਾਰੇ ਸੈਂਪਲ ਨੈਗੇਟਿਵ ਪਾਏ ਗਏ ਨੇ। ਸਾਡੇ ਕੋਲ ਇੱਥੇ ਟੋਟਲ ਇਸ ਵੇਲੇ 122 ਪੇਸ਼ੈਂਟ ਨੇ, 122 ਦੇ ਵਿੱਚੋਂ 120 ਜਿਹੜੇ ਪੇਸ਼ੈਂਟ ਨੇ ਉਹ ਯਾਤਰੀ ਨੇ, ਜਿਹਨਾਂ 'ਚ ਜ਼ਿਆਦਾਤਰ ਹਜ਼ੂਰ ਸਾਹਿਬ ਤੋਂ ਆਏ ਨੇ, 2-3 ਯਾਤਰੀ ਹੋਰ ਪਾਸਿਓਂ ਵੀ ਆਏ ਨੇ। ਉਹ ਸਾਰੇ ਕੁਆਰੰਟਾਈਨ 'ਚ ਨੇ, ਉਹਨਾਂ ਨੂੰ ਕੋਈ ਸਿਮਟਮ ਨਹੀਂ, ਉਹ ਬਿਲਕੁਲ ਠੀਕ ਠਾਕ ਨੇ, ਸਿਰਫ ਰਿਪੋਰਟ ਉਹਨਾਂ ਦੀ ਪੋਜ਼ਿਟਿਵ ਆਈ ਹੋਈ ਹੈ। ਉਹਨਾਂ ਦੀ ਵੀ ਰੀਸੈਂਪਲਿੰਗ ਅਸੀਂ ਕੱਲ੍ਹ ਤੋਂ ਅੱਜ ਤੋਂ ਸ਼ੁਰੂ ਕਰ ਦਿੱਤੀ ਹੈ। 2 ਸਾਡੇ ਇੱਥੇ ਲੋਕਲ ਕੰਟੈਕਟ ਸੀਗੇ, ਇੱਕ ਗੁਰਦਾਸਪੁਰ ਦੇ ਸੀਗੇ, ਇੱਕ ਨੇੜੇ ਦੇ ਪਿੰਡ ਦੇ ਸੀਗੇ। ਜਿਹੜੀ ਲੇਡੀ ਨੇੜੇ ਦੇ ਪਿੰਡ ਤੋਂ ਸੀਗੀ ਉਹ ਵੀ ਦਿੱਲੀ ਤੋਂ ਆਈ ਸੀਗੀ, ਅਤੇ ਅਸੀਂ ਇਹਨਾਂ ਦੋਨਾਂ ਦੇ ਵੀ ਜਿਹੜੇ ਲੋਕਲ ਕੰਟੈਕਟਸ ਨੇ ਉਹਨਾਂ ਸਾਰਿਆਂ ਦੇ ਸੈਂਪਲਿੰਗ ਕਰਾ ਚੁੱਕੇ ਹਾਂ, ਉਹ ਸਾਰੇ ਨੈਗੇਟਿਵ ਆਏ ਨੇ। ਸੋ ਟੋਟਲ ਗੁਰਦਾਸਪੁਰ ਜ਼ਿਲ੍ਹੇ 'ਚ ਇਸ ਵੇਲੇ 122 ਪੇਸ਼ੈਂਟ ਨੇ ਜਿਹੜੇ ਕਿ ਐਡਮਿਟ ਹੋਏ ਹੋਏ ਨੇ, ਜਿਹਨਾਂ 'ਚ 2 ਕੇਵਲ ਲੋਕਲ ਨੇ, 120 ਜਿਹੜੇ ਯਾਤਰੀ ਨੇ ਉਹ ਬਾਹਰੋਂ ਆਏ ਹੋਏ ਨੇ, ਉਹ ਗੁਰਦਾਸਪੁਰ ਜ਼ਿਲ੍ਹੇ ਦੇ ਨਹੀਂ ਹੈਗੇ ਹੈ। ਔਰ 122 ਦੇ 122 ਪੂਰੇ ਤੰਦਰੁਸਤ ਨੇ, ਇਹਨਾਂ ਨੂੰ ਕੋਈ ਸਿਮਟਮ ਨਹੀਂ ਹੈ, ਪੂਰੇ ਨਾਲ ਧਿਆਨ ਰੱਖਿਆ ਜਾ ਰਿਹਾ। ਇਹ ਵੀ ਮੈਂ ਦੱਸ ਦਿੰਦਾ ਕਿ ਡਿਸਟ੍ਰਿਕਟ ਹੋਸਪਿਟਲ ਗੁਰਦਾਸਪੁਰ 'ਚ 40 ਐਡਮਿਟਡ ਨੇ, ਹੋਸਪਿਟਲ ਬਟਾਲਾ ਵਿਖੇ 12 ਨੇ, ਮਾਝਾ ਇੰਸਟੀਚਿਊਟ 'ਚ ਕਿਉਂਕਿ ਜਿਹੜੇ ਪੇਸ਼ੈਂਟ ਸਿਮਟੋਮੈਟਿਕ ਨਹੀਂ ਹੁੰਦੇ ਉਹਨਾਂ ਨੂੰ ਅਸੀਂ ਬਾਹਰ ਰੱਖ ਲੈਂਦੇ ਹਾਂ, 16 ਨੇ, RL ਬਾਬਾ ਕਾਲਜ ਬਟਾਲਾ 'ਚ 18 ਨੇ, ਅਤੇ ਧਾਰੀਵਾਲ ਦੇ ਵਿੱਚ 20 ਨੇ, ਕਲਨੌਰ 'ਚ 2 ਨੇ, ਅਤੇ ਡੇਰਾ ਬਾਬਾ ਨਾਨਕ ਉੱਥੇ 14 ਨੇ, ਅਤੇ 1 ਦੀ ਵਿਅਕਤੀ ਦੀ ਮੌਤ ਹੋ ਚੁੱਕੀ ਹੈ, ਟੋਟਲ 123 ਬੰਦੇ ਨੇ। ਸੋ ਗੁਰਦਾਸਪੁਰ ਜ਼ਿਲ੍ਹੇ 'ਚ ਅਜੇ ਤੱਕ ਆਪਾਂ ਬਚੇ ਹੋਏ ਹਾਂ, ਅਤੇ ਜਿਹੜੇ ਸਾਡੇ 123-122 ਕੇਸ ਹੋ ਰਹੇ ਨੇ ਇਹ ਕੇਵਲ ਸਾਡੇ 12 ਯਾਤਰੀਆਂ ਕਰਕੇ ਆਉਣ ਕਰਕੇ ਹੋਏ ਨੇ, ਪਰ ਇਹਦੇ ਕਰਕੇ ਆਪਣੇ ਜ਼ਿਲ੍ਹੇ ਨੂੰ ਕੋਈ ਖਤਰਾ ਨਹੀਂ ਹੈ, ਕਿਉਂਕਿ ਇਹਨਾਂ ਨੂੰ ਅਸੀਂ ਪਹਿਲਾਂ ਹੀ ਕੁਆਰੰਟਾਈਨ ਕਰ ਲਿਆ ਸੀ। ਜਿਹੜੇ ਲੋਕਲ ਲੋਕ ਪੋਜ਼ਿਟਿਵ ਆਏ ਸੀਗੇ 2, ਉਹਨਾਂ ਦੇ ਵੀ ਸਾਰੇ ਕੰਟੈਕਟ ਟ੍ਰੇਸਿੰਗ ਹੋ ਚੁੱਕੀ ਹੈ, ਏਰੀਆ ਨੂੰ ਸੀਲ ਕੀਤਾ ਹੋਇਆ, ਅਸੀਂ 14 ਦਿਨ ਸੀਲ ਰੱਖਾਂਗੇ। ਪਰ ਅਜੇ ਤੱਕ ਹੁਣ ਤੱਕ ਜੋ ਮੈਨੂੰ ਰਿਪੋਰਟ ਦੱਸੀ ਹੈ, ਡਾਕਟਰ ਸਾਹਿਬ ਨੇ ਜ਼ਿਲ੍ਹਾ ਦੇ ਆਪਣੇ ਮਾਲਿਸ਼ ਮੇਂ ਨਾਲ ਬੈਠੇ ਨੇ, ਉਹਨਾਂ ਨੇ 2-3 ਵਾਰ ਸਕਰੀਨਿੰਗ ਕਰ ਲਈ ਹੈ, ਉੱਥੇ ਕਿਸੇ ਬੰਦੇ ਲੱਛਣ ਵੀ ਨਹੀਂ ਆਏ ਹੈਗੇ ਆ। ਸੋ ਇੱਕੋ ਮੈਂ ਅਪੀਲ ਕਰਦਾ ਕਿ ਆਪਾਂ ਬਿਲਕੁਲ ਡਰ ਦਾ ਮਾਹੌਲ ਨਾ ਬਣਾਈਏ, ਪਰ ਇਹਦੇ ਨਾਲ ਨਾਲ ਪ੍ਰੀਕੋਸ਼ਨ ਨਾ ਛੱਡੀਏ। ਜੇ ਆਪਾਂ ਹੁਣ ਤੱਕ ਬਚੇ ਰਹੇ ਹਾਂ ਉਹ ਇਸ ਲਈ ਬਚੇ ਨੇ ਕਿ ਆਪਾਂ ਸਾਵਧਾਨੀਆਂ ਵਰਤੀਆਂ ਨੇ ਅਤੇ ਸਾਵਧਾਨੀਆਂ ਵਰਤਦੇ ਰਹੀਏ, ਪਰ ਡਰਨ ਦੀ ਕੋਈ ਲੋੜ ਨਹੀਂ ਹੈ। ਇਸ ਵੇਲੇ ਗੁਰਦਾਸਪੁਰ 'ਚ ਦੇਖਿਆ ਜਾਵੇ ਪ੍ਰੈਕਟੀਕਲੀ ਤਾਂ 2 ਹੀ ਕੇਸ ਨੇ, 120 ਕੇਸ ਤਾਂ ਬਾਹਰ ਯਾਤਰੀ ਆਏ ਸੀ, ਬਾਹਰ ਆਪਾਂ ਰੋਕ ਲਿਆ। ਐਕਚੁਅਲੀ ਜਿਹੜੀ ਪਰਿਭਾਸ਼ਾ ਹੁੰਦੀ ਹੈ ਗ੍ਰੀਨ ਜਾਂ ਔਰੇਂਜ ਜ਼ੋਨ ਦੀ, ਉਹ ਲੋਕਲ ਕੇਸਾਂ ਦੇ ਉੱਪਰ ਹੁੰਦੀ ਹੈ। ਇਹ ਤੁਹਾਨੂੰ ਬਾਹਰੋਂ ਯਾਤਰੀ ਆ ਕੇ ਆਪਾਂ ਕੁਆਰੰਟਾਈਨ ਕਰ ਲਏ, ਹੁਣ ਜੇ ਇੱਥੋਂ ਅਸੀਂ ਮੰਨ ਲਓ 60 ਪੇਸ਼ੈਂਟ ਚਿੰਤਪੁਰਨੀ ਸਾਹਿਬ ਹੋਸਪਿਟਲ ਭੇਜ ਦਿੰਦੇ ਹਾਂ, ਅਤੇ ਉੱਥੇ ਦਾ ਪੇਸ਼ੈਂਟ ਥੋੜ੍ਹੇ ਮੰਨੇ ਜਾਣਗੇ। ਸੋ ਸਾਡੇ ਬੇਸਿਕਲੀ ਦੇਖਿਆ ਵਾ ਕਿ ਸਾਡੇ 2 ਹੀ ਕੇਸ ਨੇ। ਸੋ ਆਪਾਂ ਰੈੱਡ ਜ਼ੋਨ 'ਚ ਬਿਲਕੁਲ ਨਹੀਂ ਹੈਗੇ ਹਾਂ, ਉਸ ਤੋਂ ਬਾਅਦ ਗ੍ਰੀਨ ਤਾਂ ਹੈ ਹੀ ਨਹੀਂ, ਕੋਈ 2 ਕੇਸ ਆ ਗਏ ਨੇ, ਸੋ ਔਰੇਂਜ ਜ਼ੋਨ ਹੀ ਬਣਦਾ ਜੀ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ TV।